ਕੁਝ ਪੇਜਾਂ ਤੋਂ ਨੈਗੇਟਿਵ ਕਮੈਂਟ ਰੀਡ ਕੀਤੇ ਸੀ ਫੌਜ ਦੇ ਬਾਰੇ ਵਿੱਚ, ਉਹਨਾਂ ਚੰਦ ਕਵੀਰਾਂ ਨੂੰ ਮੇਰੀ ਰਿਪਲਾਈ ਆ। ਉਹ ਪੈਂਟਾਂ ਲਾ ਕੇ ਕੱਛਿਆਂ 'ਚ ਸੌਣ ਵਾਲੇ ਸਾਨੂੰ ਸਾਡੀਆਂ ਤਨਖਾਹਾਂ ਗਣਾਉਂਦੇ ਨੇ, ਉਹ ਖੱਫਣ ਵੇਚ ਕੇ ਖਾ ਕੇ ਜੋ ਦੇਸ਼ ਚਲਾਉਂਦੇ ਨੇ, ਉਹ ਸਾਡੀਆਂ ਸਹੂਲਤਾਂ ਤੁਹਾਨੂੰ ਖੋਹਾਂ ਪਾਉਂਦੀਆਂ ਨੇ, ਉਹ ਲੱਤਾਂ ਬਾਹਾਂ ਤੋਂ ਬਗੈਰ ਲਾਸ਼ਾਂ ਵੀ ਤਾਂ ਸਾਡੀਆਂ ਹੀ ਆਉਂਦੀਆਂ ਨੇ। ਉਹ ਤੁਹਾਡੇ ਜਿੰਨੇ ਸਾਡੇ ਦਿਮਾਗ ਤੇਜ਼ ਨਹੀਂ, ਜਿਨ੍ਹਾਂ ਨੂੰ ਆਪਣੇ ਬੱਚੇ ਪਿਆਰੇ ਲੱਗਦੇ ਨੇ, ਸਾਡੇ ਵਾਲੇ ਤਾਂ 27,000 ਫੁੱਟ ਤੇ ਖੜੇ ਹੋਣ ਨਾ, ਤਾਂ ਨਿਗਾਹ ਪੈਂਦੀ ਹੈ ਸ਼੍ਰੀਨਗਰ ਤੱਕ, ਗਲੇਸ਼ੀਅਰ ਤੋਂ ਸਾਨੂੰ ਤਾਂ ਆਪਣੇ ਸਾਰੇ ਲੱਗਦੇ ਨੇ। ਉਹ ਚੀਚੀਆਂ ਵੱਢ ਕੇ ਛੱਬੀਆਂ ਬਣਦੀਆਂ, ਉਹ ਸਾਡੀ ਸਿਰ ਵੱਢੇ ਤੋਂ 23-24 ਨਾ ਬਣਦੀ ਏ, ਉਹ ਚੀਚੀਆਂ ਵੱਢਿਆਂ ਤੋਂ ਬਣਦੀਆਂ ਨੇ ਛੱਬੀਆਂ, ਉਹ ਸਾਡੀ ਸਿਰ ਵੱਢੇ ਤੋਂ 23-24 ਨਾ ਬਣਦੀ ਏ। ਆ ਜਿਹੜੀ ਤਾਂ ਨੂੰ ਕਰਕੇ ਸੌ ਜਾਂਦੇ ਹੋ ਨਾ ਰਾਤ ਨੂੰ ਸਪੀਡ ਬ੍ਰੇਕਰ ਬਣਾ ਕੇ, ਇਹ ਤਾਂ ਸੌਂਦੇ ਹੋ ਆਰਮੀ ਬਾਰਡਰ ਤੇ ਤਣਦੀ ਏ। ਉਹ 5-7 ਰੋਜ਼ ਦੇ ਮਰਦਿਆਂ ਕਦੇ ਕੋਈ ਭੱਜਿਆ ਨਹੀਂ, ਰੋਟੀ ਖਾ ਕੇ ਤਾਂ ਤੁਸੀਂ ਵੀ ਸੌਂਦੇ ਹੋ ਗਏ, ਪੈਸੇ ਨਾਲ ਤਾਂ ਕੋਈ ਰੱਜਿਆ ਨਹੀਂ। ਉਹ ਸਾਡੇ ਤੁਹਾਡੇ ਜਿੰਨੇ ਦਿਮਾਗ ਤੇਜ਼ ਨਹੀਂ ਹੁੰਦੇ, ਅਸੀਂ ਤੁਹਾਡੇ ਜਿੰਨੇ ਚੁਸਤ ਚਲਾਕ ਨਹੀਂ ਹੁੰਦੇ, 18-19 ਦੇ ਫੌਜ 'ਚ ਆ ਜਾਂਦੇ, ਉਹ ਸਾਨੂੰ ਟੋਪੀਆਂ ਪਾਉਣੀਆਂ ਨਹੀਂ ਆਉਂਦੀਆਂ ਜੋ ਤੁਸੀਂ ਸਿਵਲ ਵਿੱਚ ਪਾ ਜਾਂਦੇ। ਉਹ ਕਈ ਅਕਲਾਂ ਸਾਡੀਆਂ ਪਰਖ ਦੇ, ਕਈ ਗੁਣਾਂ ਤੁਹਾਡੇ ਤੋਂ ਚੰਗੀਆਂ ਨੇ, ਉਹ ਵੀ ਟਿੱਚਰਾਂ ਕਰਦੇ ਜਿਨ੍ਹਾਂ ਦੀਆਂ ਭੈਣਾਂ ਵੀ ਸਾਡੇ ਨਾਲ ਮੰਗੀਆਂ ਨੇ। ਲਾਗਾ ਲੱਗੇ ਤੋਂ ਨੀ ਕਈਆਂ ਤੋਂ ਤੁਰ ਹੁੰਦਾ, ਲਾਗਾ ਲੱਗੇ ਤੋਂ ਨੀ ਕਈਆਂ ਤੋਂ ਤੁਰ ਹੁੰਦਾ, ਗੋਲੀ ਲੱਗੀ ਤੋਂ ਵੀ ਫਰਜ਼ ਨਿਭਾ ਜਾਂਦੇ, ਉਹ ਤੁਹਾਡੀ ਖਾਤਰ ਨਾ ਸ਼ੁਕਰਿਓ ਆਪਣਾ ਆਪ ਗਵਾ ਜਾਂਦੇ।